ਬਲਦੇਵ ਢਾਬਾ, ਉਹਦੇ 'ਚ ਦੜਾ ਸੱਟਾ ਵੱਡੇ ਪੱਧਰ 'ਤੇ ਜੂਆ ਖੇਡਣ ਦੇ ਆਦੀ ਹਨ ਅਤੇ ਸਾਡੀ ਟੀਮ ਨੂੰ ਉੱਥੇ ਮੌਕੇ 'ਤੇ ਰੇਡ ਕਰਨ ਲਈ ਭੇਜਿਆ ਗਿਆ। ਉੱਥੇ ਸਾਨੂੰ ਮੌਕੇ 'ਤੇ 21 ਦੋਸ਼ੀ ਸਾਨੂੰ ਮੌਕੇ 'ਤੇ ਮਿਲੇ, 21 ਬੰਦੇ ਮੌਕੇ 'ਤੇ ਗ੍ਰਿਫਤਾਰ ਕੀਤੇ ਅਤੇ ਉਹਨਾਂ ਪਾਸੋਂ ਸਾਨੂੰ 8,56,580 ਰੁਪਏ ਦੀ ਰਿਕਵਰੀ ਹੋਈ ਹੈ ਔਰ ਬਹੁਤ ਜਲਦੀ ਅਸੀਂ ਇਹਨਾਂ ਦੋਨਾਂ ਨੂੰ ਵੀ ਫੜ ਲਾਂਗੇ। ਐਂਡ ਖੰਨਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਦੱਸ ਦਈਏ ਕਿ ਖੰਨਾ ਦੇ CIA ਸਟਾਫ ਨੇ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ 'ਤੇ ਢਾਬੇ ਦੀ ਆੜ ਵਿੱਚ ਜੂਆ ਖੇਡਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਖੰਨਾ, ਪਟਿਆਲਾ, ਸਰਹੰਦ, ਲੁਧਿਆਣਾ ਅਤੇ ਹੋਰ ਵੀ ਨੇੜਲੇ ਸ਼ਹਿਰਾਂ ਤੋਂ ਲੋਕ ਇਸ ਢਾਬੇ 'ਤੇ ਆ ਕੇ ਜੂਆ ਖੇਡਦੇ ਸਨ। ਖੰਨਾ ਪੁਲਿਸ ਨੇ ਦੇਰ ਰਾਤ GT ਰੋਡ 'ਤੇ ਲਿਬੜਾ ਦੇ ਨੇੜੇ ਸਥਿਤ ਬਲਦੇਵ ਦੇ ਢਾਬੇ 'ਤੇ ਛਾਪਾ ਮਾਰ ਕੇ 21 ਜੂਏਬਾਜ਼ਾਂ ਨੂੰ ਕਾਬੂ ਕੀਤਾ। ਜੂਏਬਾਜ਼ਾਂ ਦੇ ਕਬਜ਼ੇ 'ਚੋਂ 9 ਲੱਖ ਦੇ ਕਰੀਬ ਰੁਪਏ ਬਰਾਮਦ ਕੀਤੇ ਗਏ ਹਨ ਅਤੇ ਢਾਬੇ ਦੇ ਮਾਲਕ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ SSP ਅਮਨੀਤ ਕੌਂਡਲ ਨੇ ਦੱਸਿਆ, ਕੱਲ੍ਹ ਰਾਤ ਨੂੰ ਸਾਡੀ ਜਿਹੜੀ ਖੰਨਾ ਪੁਲਿਸ ਦੀ ਟੀਮ ਹੈ, ਜਦੋਂ ਵੀ ਸਾਨੂੰ ਕਿਸੇ ਵੀ ਮਾੜੇ ਅਨਸਰਾਂ ਖਿਲਾਫ਼ ਕੋਈ ਵੀ ਇਤਲਾਹ ਮਿਲਦੀ ਹੈ ਜਾਂ ਸਾਡਾ ਆਪਣਾ ਵੀ ਇਨਪੁੱਟ ਹੁੰਦਾ, ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ। ਉਸੇ ਦੇ ਤਹਿਤ ਜੀ ਕੱਲ੍ਹ ਸਾਡੀ ਖੰਨਾ ਪੁਲਿਸ ਟੀਮ ਅੰਡਰ ਦ ਸੁਪਰਵਿਜ਼ਨ ਆਫ SPD ਪ੍ਰਗਿਆ ਜੈਨ ਮੈਡਮ, DSP ਖੰਨਾ ਰਾਜੇਸ਼, ਸਾਡਾ ਇੰਚਾਰਜ ਟੈਕਨੀਕਲ ਸੈੱਲ ਸਬ ਇੰਸਪੈਕਟਰ ਸਿਮਰਨਜੀਤ ਔਰ SHO ਸਦਰ ਇੰਸਪੈਕਟਰ ਦਵਿੰਦਰ, ਇਹਨਾਂ ਸਾਰਿਆਂ ਦੀ ਟੀਮ ਨੇ ਇੱਕ ਮੁਖਬਰੀ ਦੇ ਆਧਾਰ 'ਤੇ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇੱਕ ਗੁਰਪ੍ਰੀਤ ਸਿੰਘ ਬਲਦੇਵ ਢਾਬਾ ਲਿਬੜਾ ਉਹਦਾ ਮਾਲਕ ਹੈ ਔਰ ਇੱਕ ਕਸ਼ਿਸ਼ ਕੁਮਾਰ ਉਰਫ ਮੋਨੂ, ਇਹ ਰਲ ਕੇ ਕਾਫੀ ਸਾਰੇ ਲੋਕਾਂ ਦੇ ਨਾਲ ਵੀ 21 ਬੰਦਿਆਂ ਦੇ ਨਾਲ ਵੱਡੇ ਆਪਣੇ ਜਿਹੜਾ ਢਾਬਾ ਹੈ ਉਹਦਾ ਬਲਦੇਵ ਢਾਬਾ ਉਹਦੇ 'ਚ ਦੜਾ ਸੱਟਾ ਵੱਡੇ ਪੱਧਰ 'ਤੇ ਜੂਆ ਖੇਡਣ ਦੇ ਆਦੀ ਹਨ ਅਤੇ ਕੱਲ੍ਹ ਵੀ ਇਨਫੋਰਮੇਸ਼ਨ ਸੀਗੀ ਕਿ ਜੇ ਤੁਸੀਂ ਮੌਕੇ 'ਤੇ ਰੇਡ ਕਰੋ ਤਾਂ ਤੁਹਾਨੂੰ ਵੱਡੀ ਰਿਕਵਰੀ ਹੋਏਗੀ। ਅਤੇ ਉਸਦੇ ਬਿਹਾਫ 'ਤੇ ਅਸੀਂ ਥਾਣਾ ਸਦਰ 'ਚ FIR ਨੰਬਰ 250 ਕੱਲ੍ਹ ਰਾਤ ਨੂੰ 13 ਗੈਮਲਿੰਗ ਐਕਟ ਲੌਂਚ ਕੀਤਾ ਅਤੇ ਸਾਡੀ ਟੀਮ ਨੂੰ ਉੱਥੇ ਮੌਕੇ 'ਤੇ ਰੇਡ ਕਰਨ ਲਈ ਭੇਜਿਆ ਗਿਆ। ਉੱਥੇ ਸਾਨੂੰ ਮੌਕੇ 'ਤੇ 21 ਦੋਸ਼ੀ ਸਾਨੂੰ ਮੌਕੇ 'ਤੇ ਮਿਲੇ ਔਰ 2 ਫਰਾਰ ਹੈ ਜਿਹਦੇ 'ਚ ਗੁਰਪ੍ਰੀਤ ਸਿੰਘ ਜਿਹੜਾ ਢਾਬੇ ਦਾ ਮਾਲਕ ਹੈ ਔਰ ਕਸ਼ਿਸ਼ ਕੁਮਾਰ ਉਰਫ ਮੋਨੂ, ਇਹਨਾਂ ਤੋਂ ਇਹ ਫਰਾਰ ਹੈ। ਬਾਕੀ ਅਸੀਂ 21 ਬੰਦੇ ਮੌਕੇ 'ਤੇ ਗ੍ਰਿਫਤਾਰ ਕੀਤੇ ਅਤੇ ਉਹਨਾਂ ਪਾਸੋਂ ਸਾਨੂੰ 8,56,580 ਰੁਪਏ ਦੀ ਰਿਕਵਰੀ ਹੋਈ ਹੈ ਔਰ ਅਸੀਂ ਸਾਨੂੰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਬਲਦੇਵ ਢਾਬੇ ਦਾ ਮਾਲਕ ਹੈ ਗੁਰਪ੍ਰੀਤ ਸਿੰਘ, ਇਹਦੇ 'ਤੇ ਪਹਿਲਾਂ ਵੀ ਮੁਕੱਦਮਾ ਨੰਬਰ 29 ਇਸੇ ਸਾਲ 12 ਫਰਵਰੀ ਨੂੰ ਵੀ ਗੈਮਲਿੰਗ ਐਕਟ ਦੇ ਅਧੀਨ ਹੀ ਦਰਜ ਕੀਤਾ ਗਿਆ ਸੀ ਜਿਹਦੇ 'ਚ 68,000 ਦੀ ਰਿਕਵਰੀ ਸੀ ਔਰ ਬਹੁਤ ਜਲਦੀ ਅਸੀਂ ਇਹਨਾਂ ਦੋਨਾਂ ਨੂੰ ਵੀ ਫੜ ਲਾਂਗੇ। ਐਂਡ ਚੜ੍ਹਦੀ ਕਲਾ ਟਾਈਮ TV ਲਈ ਖੰਨਾ ਤੋਂ JS ਰਿਆੜ ਦੀ ਰਿਪੋਰਟ।